ਐਮਏ ਦੇ ਵੱਲੋਂ ਵੀ 24 ਘੰਟੇ ਦੀ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਹੈ। ਕੱਲ੍ਹ ਤੋਂ 24 ਘੰਟੇ ਦੀ ਲਈ ਹੜਤਾਲ ਤੇ ਰਹਿਣਗੇ ਡਾਕਟਰ ਔਰ ਭਲਕੇ ਸਵੇਰੇ 6 ਵਜੇ ਤੋਂ ਲੈ ਕੇ ਐਤਵਾਰ ਸਵੇਰੇ 6 ਵਜੇ ਤੱਕ ਡਾਕਟਰਾਂ ਦੀ ਹੜਤਾਲ ਹੈ, 24 ਘੰਟੇ ਦੀ ਹੜਤਾਲ ਹੋਏਗੀ। ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਉਹ ਬੰਦ ਰਹਿਣਗੀਆਂ। ਅੱਜ ਦਿੱਲੀ ਦੇ ਵਿੱਚ ਵੀ ਡਾਕਟਰਾਂ ਦਾ ਵੱਡਾ ਪ੍ਰਦਰਸ਼ਨ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਹਾਲੇ ਤੱਕ ਦੇਸ਼ ਭਰ ਦੇ ਵਿੱਚ ਰੈਜ਼ੀਡੈਂਟ ਡਾਕਟਰ ਹੀ ਜਿਹੜੇ ਨੇ ਉਹ ਹੜਤਾਲ ਤੇ ਸਨ, ਪਰ ਹੁਣ ਆਈਐਮਏ ਦੇ ਵੱਲੋਂ ਹੜਤਾਲ ਦਾ ਐਲਾਨ ਕਰਨ ਦੇ ਨਾਲ ਸਿਹਤ ਸੇਵਾਵਾਂ ਹੋਰ ਜ਼ਿਆਦਾ ਪ੍ਰਭਾਵਿਤ ਹੋ ਸਕਦੀਆਂ ਨੇ। ਤਾਂ ਕੁੱਲ ਮਿਲਾ ਕੇ ਇੱਕ ਵੱਡਾ, ਅਸੀਂ ਕਹਿ ਸਕਦੇ ਹਾਂ, ਇੱਕ ਗੁੱਸਾ ਫੁੱਟਦਾ ਹੋਇਆ ਪੂਰੇ ਦੇਸ਼ ਦੇ ਵਿੱਚ ਨਜ਼ਰ ਆ ਰਿਹਾ ਹੈ ਔਰ ਕੁੱਲ ਮਿਲਾ ਕੇ ਜਿਹੜੇ ਮਰੀਜ਼ ਨੇ ਹੋਰ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਹੋਏਗਾ। ਮੰਗ ਇੱਕੋ ਹੀ ਹੈ ਇਹਨਾਂ ਡਾਕਟਰਾਂ ਦੀ ਕਿ ਸੁਰੱਖਿਆ ਜਿਹੜੀ ਹੈ ਉਹ ਯਕੀਨੀ ਬਣਾਈ ਜਾਵੇ, ਖਾਸ ਤੌਰ ਤੇ ਰਾਤ ਬਰਾਤ ਤੇ ਜਦੋਂ ਡਿਊਟੀਜ਼ ਲੱਗ। ਐਸੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਗੁੱਸਾ ਵੇਖਣ ਨੂੰ ਮਿਲ ਰਿਹਾ। ਪੰਜਾਬ ਭਰ ਦੇ ਵਿੱਚ ਵੀ ਡਾਕਟਰਾਂ ਦੀ ਹੜਤਾਲ ਹੈ। ਤਾਂ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਡਾਕਟਰ ਹੜਤਾਲ ਤੇ ਨੇ। ਮੁਹੱਲਾ ਕਲੀਨਿਕਾਂ ਦੇ ਡਾਕਟਰਾਂ ਦੇ ਵੱਲੋਂ ਵੀ ਹੜਤਾਲ ਦਾ ਸਮਰਥਨ ਕੀਤਾ ਗਿਆ। ਓਪੀਡੀ ਸੇਵਾਵਾਂ ਪ੍ਰਭਾਵਿਤ ਰਹਿਣਗੀਆਂ। ਪੀਸੀਐਮਐਸ ਐਸੋਸੀਏਸ਼ਨ ਦੀ ਕਾਲ ਤੇ ਡਾਕਟਰਾਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ, ਯਾਨੀ ਕਿ ਪੰਜਾਬ ਦੇ ਵਿੱਚ ਵੀ ਮਰੀਜ਼ਾਂ ਨੂੰ ਵੱਡੇ ਪੱਧਰ ਤੇ ਸਾਹਮਣਾ ਕਰਨਾ ਪਏਗਾ। ਖਾਸ ਤੌਰ ਤੇ ਜਿਹੜੇ ਓਪੀਡੀ ਦੇ ਪੇਸ਼ੈਂਟ ਨੇ ਉਹਨਾਂ ਨੇ ਜੇਕਰ ਚੈੱਕਅਪ ਦੇ ਲਈ ਜਾਣਾ ਹੈ, ਰੂਟੀਨ ਚੈੱਕਅਪ ਦੇ ਲਈ ਜਾਣਾ ਹੈ, ਤਾਂ ਉਹਨਾਂ ਨੂੰ ਮੁਸ਼ਕਿਲ ਆਏਗੀ ਔਰ ਸਿਰਫ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਸੇਵਾਵਾਂ ਪ੍ਰਭਾਵਿਤ ਹੋਣਗੀਆਂ। ਤਾਂ ਦੇਸ਼ ਭਰ ਦੇ ਵਿੱਚ ਡਾਕਟਰਾਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਪਹਿਲੀ ਤਸਵੀਰ ਚੰਡੀਗੜ੍ਹ ਦੀ ਦਿਖਾਵਾਂਗੇ ਤੁਹਾਨੂੰ, ਜੋ ਪੀਜੀਆਈ ਦੀ ਹੋਏਗੀ ਔਰ ਜਿੱਥੇ ਰੈਜ਼ੀਡੈਂਟ ਡਾਕਟਰ ਹੜਤਾਲ ਤੇ ਨੇ, ਔਰ ਦੂਸਰੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਦਿੱਲੀ ਦੀ, ਜਿੱਥੇ ਲਗਾਤਾਰ ਡਾਕਟਰਾਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਤਾਂ ਚੰਡੀਗੜ੍ਹ ਔਰ ਦਿੱਲੀ ਜਿੱਥੇ ਕਿ ਰਾਤ ਨੂੰ ਜਿਹੜਾ ਹੈ ਇਹ ਪ੍ਰਦਰਸ਼ਨ ਹੋ ਰਿਹਾ ਹੈ, ਕਿਉਂਕਿ ਹਾਲਾਤ ਅਜਿਹੇ ਬਣੇ ਜਿਸ ਤਰੀਕੇ ਦੇ ਨਾਲ ਉਸ ਡਾਕਟਰ ਦੇ ਨਾਲ ਪੀਜੀਆਈ ਦੱਸਦੇ ਕਿ ਸੈਕਿੰਡ ਈਅਰ ਦੇ ਉਹ ਵਿਦਿਆਰਥਣ ਸੀ ਜਿਸ ਦੇ ਨਾਲ ਇਹ ਦਰਿੰਦਗੀ ਹੋਈ, ਇਸ ਨੂੰ ਲੈ ਕੇ ਇਨਸਾਫ ਮੰਗਿਆ ਜਾ ਰਿਹਾ ਔਰ ਇਹ ਕੈਂਡਲ ਮਾਰਚ। ਅੱਗੇ ਵਧਾਂਗੇ ਤਾਂ ਖੇੜੀ ਵਾਲਾ ਬਾਬਾ ਗ੍ਰਿਫਤਾਰ ਹੋਇਆ ਹੈ। ਫਤਿਹਗੜ੍ਹ ਸਾਹਿਬ ਪੁਲਿਸ ਨੇ ਬਾਬੇ ਨੂੰ ਗ੍ਰਿਫਤਾਰ ਕੀਤਾ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਇਹ ਗ੍ਰਿਫਤਾਰੀ ਹੋਈ ਹੈ। ਚੰਡੀਗੜ੍ਹ ਸੈਕਟਰ 32 ਦੇ ਹਸਪਤਾਲ ਦੇ ਵਿੱਚ ਦਾਖਲ ਸੀ ਬਾਬਾ। ਖੇੜੀ ਵਾਲੇ ਬਾਬੇ ਦਾ ਆਪਣੇ ਸਹੁਰਿਆਂ ਦੇ ਨਾਲ ਵਿਵਾਦ ਚੱਲ ਰਿਹਾ ਸੀ। ਪੁਲਿਸ ਨੇ ਬਾਬੇ ਦੇ ਸਹੁਰੇ ਪਰਿਵਾਰ ਤੇ ਕੇਸ ਦਰਜ ਕੀਤਾ ਹੈ ਔਰ ਇਹ ਤਸਵੀਰਾਂ ਨੇ ਔਰ ਦੇਰ ਰਾਤ ਦੱਸਦੀ ਹੈ ਕਿ ਸਾਡੀ ਸਿਕਿਉਰਟੀ ਦੇ ਵੱਲੋਂ ਉੱਥੋਂ ਤੇ ਰਿਪੋਰਟ ਵੀ ਪੇਸ਼ ਕੀਤੀ ਗਈ ਹੈ ਔਰ ਬਾਬੇ ਦਾ ਬਿਆਨ ਵੀ ਸਾਹਮਣੇ। ਪਰ ਆਪਾਂ ਇਹਨਾਂ ਦੇ ਕਹਿਣਾ ਮੰਨ ਲਿਆ, ਇਹ ਜੇ ਕੋਰਟ 'ਚ ਪੇਸ਼ ਕਰਨਗੇ ਜਿੱਥੇ ਵੀ ਕਰਨਗੇ, ਅਸੀਂ ਨਹੀਂ ਕਹਿੰਦੇ ਜਿੱਥੇ ਵੀ ਕਰਨ, ਪਰ ਸਾਡਾ ਉਹਦੇ ਇਲਾਜ ਚੱਲਦਾ। ਕੱਲ੍ਹ ਨੂੰ ਮੈਡਮ ਨੂੰ ਡਿਸਚਾਰਜ ਨਹੀਂ ਕਰਿਆ ਜੀ, ਅੱਜ ਮੈਡਮ ਨਹੀਂ ਆਈ, ਉਹਨਾਂ ਨੂੰ ਕੱਲ੍ਹ ਨੂੰ ਮਿਲਣਾ, ਇਹ ਕਹਿੰਦੇ ਅੱਜ ਹੀ ਚੱਲੋ ਪਹਿਲਾਂ, ਅਤੇ ਇਸ ਕਰਕੇ ਉਧਰ ਗੁਰੂ ਕੀ ਵਡਾਲੀ ਦੇ ਵਿੱਚ ਨਿਸ਼ਾਨ ਸਾਹਿਬ ਦੀ ਬੇਅਦਬੀ ਦਾ ਮਾਮਲਾ ਹੈ। ਤਾਂ ਪੁਲਿਸ ਨੇ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਕੇਸ ਦਰਜ ਕੀਤਾ। ਤਾਂ ਰੌਲੇ ਵਾਲੀ ਥਾਂ ਤੇ ਸਥਾਪਿਤ ਕੀਤਾ ਗਿਆ ਸੀ ਨਿਸ਼ਾਨ ਸਾਹਿਬ। ਕੁਝ ਲੋਕਾਂ ਨੇ ਨਿਸ਼ਾਨ ਸਾਹਿਬ ਪੁੱਟਿਆ ਔਰ ਨਿਸ਼ਾਨ ਸਾਹਿਬ ਪੁੱਟਣ ਤੋਂ ਬਾਅਦ ਦੱਸਦੀ ਹੈ ਕਿ ਲੋਕਾਂ ਦੇ ਅੰਦਰ ਕਾਫੀ ਗੁੱਸਾ ਵੇਖਣ ਨੂੰ ਮਿਲਿਆ ਹੈ। ਤਾਂ ਪਿੰਡ ਦੇ ਹੀ ਕੁਝ ਲੋਕਾਂ ਤੇ ਨਿਸ਼ਾਨ ਸਾਹਿਬ ਪੁੱਟਣ ਦਾ ਇਲਜ਼ਾਮ ਲੱਗਿਆ ਹੈ। ਅੰਮ੍ਰਿਤਸਰ ਨਗਰ ਨਿਗਮ ਦੇ ਨਾਲ ਇਹ ਸਾਰੀ ਜ਼ਮੀਨ ਸੰਬੰਧਿਤ ਹੈ ਔਰ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ। ਐਕਸ਼ਨ।
ਬੇਅਦਬੀ ਕੀਤੀ ਗਈ ਆ। ਉਹਨਾਂ ਨੇ ਬਹੁਤ ਮਾੜਾ ਕੰਮ ਕੀਤਾ ਵਾ। ਅਸੀਂ ਸਾਰੀ ਜਥੇਬੰਦੀਆਂ ਸਾਰੇ ਇਸ ਚੀਜ਼ ਦਾ ਵਿਰੋਧ ਕਰਦੇ ਹਾਂ। ਅਤੇ ਇਹਨਾਂ ਨੇ ਇੱਥੋਂ ਤੱਕ ਕੀਤਾ ਵੀ ਸਾਡੇ ਜਿੱਥੇ ਮੁੱਖ ਸੇਵਾਦਾਰ ਸੀ ਉਹਨਾਂ ਦੇ ਸ਼ਸਤਰ ਵੀ ਲੈ ਗਏ ਆ, ਜਿਹੜੇ ਨਾਲ ਉਹਨਾਂ ਮਾਰਕੁੱਟ ਕੀਤੀ। ਇੱਥੋਂ ਤੱਕ ਗੁਰੂ ਮਹਾਰਾਜ ਦੇ ਪੋਥੀਆਂ ਸੀ ਇੱਥੇ ਰੱਖੀਆਂ, ਜਿਹੜੇ ਬਾਣੀ ਪੜ੍ਹਦੇ ਸੀ ਉਹ ਵੀ ਇਹ ਨਾਲ ਹੀ ਲੈ ਕੇ ਦਰਿੰਦੇ। ਅਸੀਂ ਇਹ ਦਰਿੰਦਿਆਂ ਨੂੰ ਵੱਧ ਤੋਂ ਵੱਧ ਕਹਿੰਦੇ ਵਿੱਚ ਗ੍ਰਿਫਤਾਰ ਕੀਤਾ ਜਾਵੇ, ਜਿੰਨੇ ਵੀ ਹੈਗੇ ਸਾਰੇ ਦੋਸ਼ੀ ਫੜੇ ਜਾਣ। ਕਿ ਕੁਝ ਲੋਕਾਂ ਵੱਲੋਂ ਜਿਹੜਾ ਨਿਸ਼ਾਨ ਸਾਹਿਬ ਸੀਗਾ ਉਹਨੂੰ ਹਟਾਇਆ ਗਿਆ, ਉਹਦੇ ਖਿਲਾਫ਼ ਬਣਦੀ ਕਾਰਵਾਈ, ਜਿਹੜਾ ਪੁਰਾਣਾ 295 ਦਾ ਸੀਗਾ ਧਾਰਾ, ਉਹਨੂੰ ਆਪਾਂ 298 ਅਤੇ 324 ਦੇ ਵਿੱਚ ਆਪਾਂ ਪਰਚਾ ਦਰਜ ਕਰਕੇ ਚਾਰ ਬੰਦਿਆਂ ਖਿਲਾਫ਼ ਅਤੇ ਕੁਝ ਪਛਾਤੇ ਵਿਅਕਤੀ ਆ ਉਹਨਾਂ ਖਿਲਾਫ਼ ਆਪਾਂ ਪਰਚਾ ਦਰਜ ਕੀਤਾ। ਕਿ ਕਾਰਪੋਰੇਸ਼ਨ ਵੱਲੋਂ ਕੋਈ ਕੰਪਲੇਂਟ ਨਹੀਂ ਸਾਡੇ ਕੋਲ, ਜਿਨ੍ਹਾਂ ਵੱਲੋਂ ਬਣਵਾਇਆ ਗਿਆ ਸੀਗਾ ਨਿਸ਼ਾਨ ਸਾਹਿਬ, ਉੱਥੇ ਇੱਕ ਬੰਦਾ ਇਹ ਵਿਅਕਤੀ ਰਹਿੰਦਾ, ਉਹਦੇ ਵੱਲੋਂ ਕੰਪਲੇਂਟ ਆਈ ਹੈ, ਉਹਦੇ ਬਿਹਾਫ 'ਤੇ ਆਪਾਂ ਪਰਚਾ ਦਰਜ ਕੀਤਾ। ਉਹਨਾਂ ਦਾ ਕਾਰਪੋਰੇਸ਼ਨ ਦਾ ਮੈਟਰ ਹੈਗਾ, ਉਹ ਕਲੀਅਰ ਕਰ ਸਕਦੇ ਸੀ। ਉੱਥੋਂ ਦੇ ਵਸਨੀਕ ਹੈਗੇ। ਇਹ ਜਗ੍ਹਾ ਜੀ ਰੈਗ ਬੋਰਡ ਦੀ ਜਗ੍ਹਾ ਹੈ, ਜੋ ਕਿ ਸਰਕਾਰੀ ਜਗ੍ਹਾ ਹੈ, ਇਹ ਕਿਸੇ ਦੀ ਨਿੱਜੀ ਜਗ੍ਹਾ ਨਹੀਂ ਹੈ ਇੱਥੇ, ਕਿਉਂਕਿ ਪਹਿਲਾਂ ਤੋਂ ਜ਼ਿਮੀਦਾਰ ਪਰਿਵਾਰ ਜਿਹੜੇ ਸੀਗੇ ਇੱਥੋਂ ਕੋਈ ਦੱਸਿਆ ਜਾ ਰਿਹਾ ਵਾ, ਆਪਾਂ ਪੁੱਛਿਆ ਅਤੇ ਵੀ 30 ਤੋਂ 35 ਕਿੱਲੇ ਜਿਹੜੇ ਆ ਇਹ ਜ਼ਮੀਨਦਾਰ ਵਾਹੁੰਦੇ ਸੀਗੇ। ਅਤੇ ਇੱਥੋਂ ਤਕਰੀਬਨ ਜਿਹੜਾ ਤੁਸੀਂ ਵੇਖਿਆ ਨਾ ਰਸਤੇ ਦੇ ਵਿੱਚ ਆਉਂਦਿਆਂ ਵੀ ਕਿ ਇਹ ਜਿਹੜਾ ਰਸਤਾ ਇਹ ਕਾਫੀ ਮਤਲਬ ਜਿਹੜਾ ਵਾ ਰਾਹ ਜਾਣ ਵਾਲਾ ਨਹੀਂ ਗਾ, ਤੇ ਇਧਰ ਦੀ ਇਹਨਾਂ ਦਾ ਰਸਤਾ ਵੀ ਨਹੀਂ ਹੈਗਾ। ਤੇ ਇੱਕ ਇਹਨਾਂ ਨੂੰ ਕੋਲ ਤੁਹਾਨੂੰ ਪਤਾ ਵੀ ਦੂਰ ਹੋਣ ਕਰਕੇ ਗੁਰੂ ਘਰ ਨਹੀਂ ਸੀ ਜਾਇਆ ਜਾਂਦਾ, ਤੇ ਇਹਨਾਂ ਨੇ ਮਹਾਂਪੁਰਸ਼ਾਂ ਕੋਲ ਜਾ ਕੇ ਬੇਨਤੀ ਕੀਤੀ ਕਿ ਬਾਬਾ ਜੀ ਸਾਡਾ ਗੁਰੂ ਘਰ ਜਿਹੜਾ ਵਾ ਲਾਗੇ ਬਣ ਜੂਗਾ, ਤੇ ਚਲੋ ਇੰਨਾ ਕੁ ਜਿਹੜੀ ਜਗ੍ਹਾ ਸਾਨੂੰ ਸਰਪੰਚ ਸਾਹਿਬ ਦੀ ਮੌਜੂਦਗੀ ਦੇ ਵਿੱਚ, ਸਰਪੰਚ ਸਾਹਿਬ ਪੰਚਾਇਤ ਸਾਰੀ ਨਾਲ ਆ, ਤੇ ਉਹਨਾਂ ਨੇ ਕਿਹਾ ਵੀ ਇੰਨੀ ਕੁ ਜਗ੍ਹਾ ਦੇ ਵਿੱਚ ਅਸੀਂ ਗੁਰੂ ਘਰ ਬਣਾ ਲੈਂਦੇ ਹਾਂ। ਉਹ ਇਹਨਾਂ ਨੇ ਗੁਰਮਤਾ ਕਰਕੇ ਬਾਬਿਆਂ ਨਾਲ ਅਤੇ ਇੱਥੇ ਨਿਸ਼ਾਨ ਸਾਹਿਬ ਲਾਇਆ, ਗੁਰੂ ਘਰ ਬਣਾਉਣ ਦੀਆਂ ਤਿਆਰੀਆਂ ਕਰ ਰਹੇ ਸੀ। ਅਤੇ ਇਹ ਕੁਝ ਜਿਹੜੇ ਜ਼ਿਮੀਦਾਰ ਆ ਉਹਨਾਂ ਨੇ ਆਣ ਕੇ ਜਿਹੜਾ ਵਾ ਇੱਕ ਤਾਂ ਇੱਥੇ ਬੇਅਦਬੀ ਕੀਤੀ ਨਿਸ਼ਾਨ ਸਾਹਿਬ ਦੀ, ਅਤੇ ਐਡੀ ਮੂਰਖਤਾਈ ਕਰਦੇ ਆ, ਇੱਕ ਤਾਂ ਨਿਸ਼ਾਨ ਸਾਹਿਬ ਤੋੜਨ ਡੇ ਗੁਰੂ ਘਰ ਦਾ, ਅਤੇ ਉੱਤੋਂ ਜਕਾਰੇ ਵੀ ਗੁਰੂ ਦੇ ਛੱਡ ਰਹੇ ਆ। ਉਧਰ ਅੱਜ ਅੰਮ੍ਰਿਤਸਰ ਦੇ ਵਿੱਚ SGPC ਅੰਤਰਿੰਗ ਕਮੇਟੀ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ, ਤਾਂ SGPC ਦਫ਼ਤਰ ਦੇ ਵਿੱਚ ਸਵੇਰੇ 10 ਵਜੇ ਬੈਠਕ ਸ਼ੁਰੂ ਹੋਏਗੀ, ਤਾਂ ਇਹ ਪੰਥਕ ਮੁੱਦਿਆਂ 'ਤੇ ਚਰਚਾ ਹੋਏਗੀ। ਡੇਰਾ ਮੁਖੀ ਨੂੰ ਪੈਰੋਲ ਮਿਲਣ 'ਤੇ ਵੀ ਚਰਚਾ ਸੰਭਵ ਮੰਨੀ ਜਾ ਰਹੀ ਹੈ, ਤਾਂ ਕੁੱਲ ਮਿਲਾ ਕੇ ਅੰਤਰਿੰਗ ਕਮੇਟੀ ਦੀ ਬੈਠਕ ਹੈ ਔਰ ਇਸ ਬੈਠਕ ਦੇ ਵਿੱਚ ਕਈ ਅਹਿਮ ਮੁੱਦੇ ਜਿਹੜੇ ਨੇ ਉਹ ਵਿਚਾਰੇ ਜਾਣਗੇ, ਕਈ ਪੰਥਕ ਮੁੱਦਿਆਂ 'ਤੇ ਚਰਚਾ ਹੋਵੇਗੀ। ਡੇਰਾ ਮੁਖੀ ਨੂੰ ਪੈਰੋਲ ਮਿਲਣ 'ਤੇ ਵੀ ਚਰਚਾ ਜਿਹੜੀ ਹੈ ਉਹ ਸੰਭਵ ਮੰਨੀ ਜਾ ਰਹੀ ਹੈ।